ਅੱਜ ਤੇ ਜਸਵਿੰਦਰ ਪੱਲਾ ਨੂੰ ਇਕੱਠੇ ਦੇਖ ਜਸਵਿੰਦਰ ਪੱਲਾ ਦੇ ਇਨਸਟੈਂਟ ਪੰਚਸ ਵਾਸ ਵੈਰੀ ਗੁੱਡ ਬਾਣੀ ਹੈ ਦੀ ਔਰ ਜੱਟ ਦੇ ਉੱਤੇ ਗੱਲ ਇਟਸ ਅ ਕੰਪਲੀਟ ਫੈਮਿਲੀ ਮੂਵੀ ਇੱਕ ਵਧੀਆ ਫਨੀ ਰੋਲਰ ਕੋਸਟਰ ਰਾਈਡ ਹੈਗੀ ਹੈ ਨੇ ਸਟਾਰ ਦੋਗੇ ਫਿਰ ਫਿਲਮ ਨੂੰ 5 ਦੇ ਵਿੱਚ 5 ਚੋਂ ਮੈਂ ਕਹਿੰਦਾ 10 ਹੋਣੇ ਚਾਹੀਦੇ ਆ ਮੇਕਿੰਗ ਜਿਹੜੀ ਹੈ ਉਹ ਵਾਕਈ ਬਹੁਤ ਅੱਛੀ ਹੈ ਐਕਟਿੰਗ ਤੋਂ ਲੈ ਕੇ ਡਾਇਰੈਕਟਿੰਗ ਸੌਂਗਸ ਵਰਲਡ ਕਲਾਸ ਬਹੁਤ ਵਧੀਆ ਇਟ ਵਾਸ ਐਨ ਐਕਸੈਪਸ਼ਨਲੀ ਫਨ ਮੂਵੀ ਵੀ ਇੰਜੋਇਡ ਐਵਰੀ ਮਿੰਟ ਕ੍ਰਾਸ਼ ਪੱਲਾ ਜੀ ਨੇ ਬਹੁਤ ਅੱਛਾ ਐਕਟ ਕੀਤਾ ਜੀ ਬਹੁਤ ਵਧੀਆ ਬਣੀ ਬਹੁਤ ਮਹਾਰਾਜ ਤਰੱਕੀਆਂ ਦੇਵੇ ਇਹਨਾਂ ਨੂੰ ਆਈ ਵੁੱਡ ਸੇ ਦ ਐਕਟਿੰਗ ਦ ਐਕਟਰਸ ਵਰ ਰੀਲੀ ਨਾਈਸ ਯਾ ਯਾ ਪੁਖਰਾਜ ਇਜ਼ ਅ ਨਾਈਸ ਐਕਟਰ ਕਿੱਦਾਂ ਲੱਗੀ ਬਹੁਤ ਅੱਛੀ ਲੱਗੀ ਜੀ ਰਾਜ ਤੇ ਜਸਵਿੰਦਰ ਪੱਲਾ ਨੂੰ ਇਕੱਠੇ ਦੇਖ ਜਸਵਿੰਦਰ ਪੱਲਾ ਜੀ ਇਨਸਟੈਂਟ ਪੰਚਸ ਵਾਸ ਵੈਰੀ ਗੁੱਡ ਬਹੁਤ ਅੱਛੀ ਫਿਲਮ ਬਣੀ ਹੈ ਔਰ ਬਹੁਤ ਅੱਛੇ ਐਫਰਟ ਨੇ ਕਾਫੀ ਟਾਈਮ ਬਾਅਦ ਇਦਾਂ ਦੀ ਫਿਲਮ ਦੇਖਣ ਨੂੰ ਮਿਲੀ ਆ ਹਾਂਜੀ ਬਾਣੀ ਹੈ ਦੀ ਔਰ ਜੱਟ ਦੇ ਉੱਤੇ ਗੱਲ ਬਹੁਤ ਕੈਂਟ ਮੂਵੀ ਜੀ ਸਾਰਿਆਂ ਨੂੰ ਅਪੀਲ ਕਰੂੰਗਾ ਜ਼ਰੂਰ ਆਪਣੇ ਥੀਏਟਰਸ 'ਚ ਜਾ ਕੇ ਨੇੜੇ ਤੇੜੇ ਮੂਵੀ ਦੇਖੋ ਇਟਸ ਅ ਕੰਪਲੀਟ ਫੈਮਿਲੀ ਮੂਵੀ ਇੱਕ ਵਧੀਆ ਫਨੀ ਰੋਲਰ ਕੋਸਟਰ ਰਾਈਡ ਹੈਗੀ ਹੈ ਜ਼ਰੂਰ ਸਾਰੇ ਦੇਖਿਓ ਮੈਂ ਇਹ ਅਪੀਲ ਕਰਨਾ ਥੈਂਕ ਯੂ ਸੋ ਮਚ ਜੀ ਥੈਂਕ ਯੂ ਸਵਿੰਦਰ ਪੱਲਾ ਬਾਰੇ ਕੀ ਕਹਿਣਾ ਪੱਲਾ ਜੀ ਸਾਰੇ ਹੀ ਵਧੀਆ ਸਭ ਦਾ ਬਹੁਤ ਵਧੀਆ ਕੰਮ ਹੈ ਜੀ ਮੈਂ ਖੁਦ ਬਾਲੀਵੁੱਡ ਤੋਂ ਹਾਂ ਲੇਕਿਨ ਵਧੀਆ ਇੰਜੋਏ ਕਰਾ ਫਰ ਵਾਰ ਕਿੰਨੇ ਸਟਾਰ ਦੋਗੇ ਫਿਰ ਫਿਲਮ ਨੂੰ 5 ਦੇ ਵਿੱਚ 5 ਚੋਂ ਮੈਂ ਕਹਿੰਦਾ 10 ਹੋਣੇ ਚਾਹੀਦੇ ਆ ਬਹੁਤ ਵਧੀਆ ਉਹ ਤਾਂ ਗ੍ਰੇਟ ਆਰਟਿਸਟ ਹੈ ਨਾ ਉਹਨਾਂ ਬਾਰੇ ਸਾਰਿਆਂ ਨੂੰ ਪਤਾ ਹੀ ਹੈ ਤੇ ਬੈਸਟ ਐਕਟਰ ਤੇ ਬਾਕੀ ਸਾਰਿਆਂ ਨੇ ਤਾਂ ਬਹੁਤ ਕੰਮ ਵਧੀਆ ਤੇ ਸਟੋਰੀ ਬਹੁਤ ਅੱਛੀ ਗੁੱਡ ਮੂਵੀ ਜੀ ਵੈਰੀ ਗੁੱਡ ਮੂਵੀ ਪੂਰੀ ਮੂਵੀ ਪੂਰੀ ਹਸੀ ਮਜ਼ਾਕ ਦੀ ਮੂਵੀ ਹੈਗੀ ਹੈ ਔਰ ਐਂਡਿੰਗ ਬਹੁਤ ਅੱਛੀ ਹੈ ਐਕਟਿੰਗ ਬਹੁਤ ਅੱਛੀ ਹੈ ਔਰ ਮੈਂ ਸਭ ਨੂੰ ਰਿਕੁਐਸਟ ਕਰਾਂਗਾ ਕਿ ਥੀਏਟਰ 'ਚ ਆ ਕੇ ਮੂਵੀ ਨੂੰ ਇੰਜੋਏ ਕਰਨ ਅਸੀਂ ਕਿੰਨਾ ਕੁ ਇੰਜੋਏ ਬਹੁਤ ਇੰਜੋਏ ਕੀਤਾ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਮਤਲਬ ਐਵਰੀ ਆਫਟਰ ਐਵਰੀ ਸੈਕਿੰਡ ਵਾਸ ਅ ਲਾਫਟਰ ਸੀਨ ਐਂਡ ਮੂਵੀ ਦਾ ਇੱਕ ਥੀਮ ਬਹੁਤ ਅੱਛਾ ਹੈ ਸਟੋਰੀ ਬਹੁਤ ਅੱਛੀ ਹੈ ਔਰ ਦਿਸ ਪਿਕਚਰ ਵਿਲ ਡੂ ਅ ਰੀਅਲੀ ਅ ਹਿੱਟ ਸ਼ੋ ਇਨ ਮਾਰਕੀਟ ਫਿਲਮ ਬੜੀ ਅੱਛੀ ਹੈ ਜੀ ਬੜੀ ਐਂਟਰਟੇਨਿੰਗ ਹੈ ਔਰ ਮੇਕਿੰਗ ਬਹੁਤ ਅੱਛੀ ਹੈ ਫਿਲਮ ਦੀ ਸਟੋਰੀ ਕਿਤੇ ਡਰੈਗ ਨਹੀਂ ਕਰਦੀ ਬੜਾ ਐਂਟਰਟੇਨ ਕਰਦੀ ਹੈ ਮੈਸੇਜ ਵੀ ਹੈ ਵਿੱਚ ਅਤੇ ਮੇਕਿੰਗ ਜਿਹੜੀ ਹੈ ਉਹ ਵਾਕਈ ਬਹੁਤ ਅੱਛੀ ਹੈ ਨਾਈਸ ਮੂਵੀ ਜੀ ਹੇਰਾ ਫੇਰੀਆਂ ਮਤਲਬ ਇੱਕ ਫੈਮਿਲੀ ਡਰਾਮਾ ਹੈ ਬਹੁਤ ਅੱਛਾ ਮਤਲਬ ਸਾਨੂੰ ਅੱਛਾ ਲੱਗਾ ਇਹਦੇ ਵਿੱਚ ਜਿਹੜਾ ਪੱਗ ਵਾਲਾ ਗਾਣਾ ਹੈ ਉਹ ਜ਼ਿਆਦਾ ਅੱਛਾ ਹੈ ਨਾ ਮਤਲਬ ਸਾਰੀ ਫਿਲਮ ਨੂੰ ਬੂਸਟ ਕਰਦਾ ਔਰ ਸੰਗੇ ਦਾ ਕਰੈਕਟਰ ਟੂ ਮੱਚ ਕਿੱਦਾਂ ਬਹੁਤ ਵਧੀਆ ਜੀ ਬਹੁਤ ਵਧੀਆ ਪਹਿਲੀ ਸਵਿੰਦਰ ਫੇਰੀਆਂ ਅੱਛੀਆਂ ਲੱਗੀਆਂ ਅੱਛਾ ਜਸਵਿੰਦਰ ਸਰ ਦੇ ਕਿਰਦਾਰ ਨੂੰ ਕਿੰਨਾ ਕੁ ਇੰਜੋਏ ਕੀਤਾ ਬਹੁਤ ਜ਼ਿਆਦਾ ਉਹਨਾਂ ਦੇ ਬੇਟੇ ਨੂੰ ਵੀ ਬਹੁਤ ਜ਼ਿਆਦਾ ਇੰਜੋਏ ਕੀਤਾ ਇਹਨਾਂ ਨੇ ਸਟਾਰ ਦੋ ਕੇ 5 ਫਿਲਮ ਦੇਖੇ ਬੇਟੇ ਦੀ ਬਹੁਤ ਅੱਛੀ ਲੱਗੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗੀ ਬਹੁਤ ਵਧੀਆ ਮੂਵੀ ਸੀਗੀ ਸਭ ਨੇ ਇੰਜੋਏ ਕੀਤਾ ਮੈਂ ਤੇ ਮੇਰੀ ਮਦਰ ਨੇ ਫੁੱਲ ਔਨ ਇੰਜੋਏ ਕੀਤਾ ਫੁੱਲ ਆਫ ਲਾਫਟਰ ਐਕਟਿੰਗ ਤੋਂ ਲੈ ਕੇ ਡਾਇਰੈਕਟਿੰਗ ਸੌਂਗਸ ਵਰਲਡ ਕਲਾਸ ਬਹੁਤ ਵਧੀਆ ਜਸਵਿੰਦਰ ਸਰ ਜਾਂ ਪੁਖਰਾਜ ਪੱਲਾ ਕਿਹਨੂੰ ਜ਼ਿਆਦਾ ਇੰਜੋਏ ਕੀਤਾ ਵੈਲ ਦੋਨਾਂ ਨੂੰ ਹੀ ਪੁਖਰਾਜ ਭਾਜੀ ਦੀ ਐਕਟਿੰਗ ਮੈਂ ਬਹੁਤ ਇੰਜੋਏ ਕੀਤੀ ਹੀ ਹੈਜ਼ ਇੰਪਰੂਵਡ ਰੀਲੀ ਅ ਲੋਟ ਆਲ ਦ ਬੈਸਟ ਐਂਡ ਯੈਸ ਕਿਊਡੋਸ ਟੂ ਰਿਕੀ ਭਾਜੀ ਜਿਨ੍ਹਾਂ ਨੇ ਮੂਵੀ ਡਾਇਰੈਕਟ ਕੀਤੀ ਇਟਸ ਜਸਟ ਅਮੇਜ਼ਿੰਗ ਸੋ ਗੁੱਡ ਬਹੁਤ ਸੋਹਣੀ ਲੱਗੀ ਇੰਜੋਏ ਕੀਤਾ ਪੂਰਾ ਇੰਜੋਏ ਕੀਤਾ ਸਭ ਤੋਂ ਜ਼ਿਆਦਾ ਕਿਹੜੇ ਕਿਰਦਾਰ ਨੂੰ ਇੰਜੋਏ ਕੀਤਾ ਜਸਵਿੰਦਰ ਸਰ ਪੁਖਰਾਜ ਭੱਲਾ ਜਸਵਿੰਦਰ ਭੱਲਾ ਜੀ ਬਹੁਤ ਸੋਹਣੀ ਸੀ ਐਕਟਿੰਗ ਉਹਨਾਂ ਦੀ ਸਭ ਤੋਂ ਵਧੀਆ ਸੀਗੀ ਹਾਂਜੀ ਉਪਾਸਨਾ ਮੈਮ ਨੂੰ ਆਪਾਂ ਪਹਿਲਾਂ ਤੋਂ ਦੇਖਦੇ ਆ ਰਹੇ ਸੋ ਉਹਨਾਂ ਦੋਵਾਂ ਨੂੰ ਪੁਖਰਾਜ ਦੇ ਨਾਲ ਨਾਲ ਉਪਾਸਨਾ ਮੈਮ ਐਂਡ ਜਸਵਿੰਦਰ ਭੱਲਾ ਨੂੰ ਵੀ ਆਪਾਂ ਕਾਫੀ ਟਾਈਮ ਬਾਅਦ ਦੇਖਿਆ ਉਹਨਾਂ ਬਾਰੇ ਹਾਂ ਉਹਨਾਂ ਬਾਰੇ ਉਹਨੇ ਬਹੁਤ ਵਧੀਆ ਮੂਵੀ ਹੁੰਦੀ ਹੈ ਜਦੋਂ ਵੀ ਹੁੰਦੀ ਉਹਨਾਂ ਦੀ ਬਹੁਤ ਵਧੀਆ ਐਕਟਿੰਗ ਹੁੰਦੀ ਹੈ ਬਹੁਤ ਸੋਹਣੀ ਮੂਵੀ ਹੈ ਹਸੀ ਮਜ਼ਾਕ ਸਾਰਾ ਕੁਝ ਸੀਗਾ ਫੈਮਿਲੀ ਮੂਵੀ ਹੈ ਪੁਖਰਾਜ ਤੇ ਅਦਿਤੀ ਦੀ ਜੋੜੀ ਕਿਹੋ ਜਿਹੀ ਲੱਗੀ ਅਦਿਤੀ ਨੇ ਪਹਿਲੀ ਵਾਰੀ ਫਿਲਮ ਦੇ ਵਿੱਚ ਕੰਮ ਬਹੁਤ ਅੱਛੀ ਹੈ ਐਕਟਿੰਗ ਅੱਛੀ ਹੈ ਸਾਰਾ ਐਕੂਰੇਟ ਹੈ 5 ਚੋਂ 5 ਸਟਾਰ ਇਟ ਵਾਸ ਐਨ ਐਕਸੈਪਸ਼ਨਲੀ ਫਨ ਮੂਵੀ ਵੀ ਇੰਜੋਇਡ ਐਵਰੀ ਮਿੰਟ ਸੌਂਗਸ ਵਰ ਅਮੇਜ਼ਿੰਗ ਕਿਵੇਂ ਲੱਗੀ ਸਰ ਬਹੁਤ ਵਧੀਆ ਮੂਵੀ ਹੈ ਜੀ ਨਾਈਸ ਹੈ ਜਸਵਿੰਦਰ ਸਰ ਬਾਰੇ ਕੀ ਕਹਿਣਾ ਚਾਹੋਗੇ ਪੱਲਾ ਸਾਹਿਬ ਬਹੁਤ ਵਧੀਆ ਉਹਨਾਂ ਦੀ ਬਹੁਤ ਅੱਛੀ ਪਰਫਾਰਮੈਂਸ ਰਹੀ ਹੈ ਤਾਂ ਮੈਂ ਸਭ ਨੂੰ ਕਹਾਂਗਾ ਕਿ ਇੱਕ ਵਾਰੀ ਮੂਵੀ ਜ਼ਰੂਰ ਦੇਖਣ ਸਭ ਲਈ ਬਹੁਤ ਵਧੀਆ ਲੱਗੀ ਜੀ ਮੂਵੀ ਸਟੋਰੀ ਕਿਵੇਂ ਲੱਗੀ ਫਿਰ ਬਹੁਤ ਵਧੀਆ ਜੀ ਐਂਡ ਬਹੁਤ ਵਧੀਆ ਕੀਤਾ ਮੂਵੀ ਦਾ ਨਾਈਸ ਸਟੋਰੀ ਸੀਗੀ ਜੀ ਨੇ ਪੂਰੀ ਰੌਣਕਾਂ ਲਾ ਕੇ ਰੱਖੀਆਂ ਜੀ ਬੰਦੇ ਨੇ ਵੱਟੇ ਚੱਕ ਕੇ ਰੱਖੇ ਜਸਵਿੰਦਰ ਸਰ ਤੇ ਪੁਖਰਾਜ ਪੱਲਾ ਨੂੰ ਇਕੱਠਿਆਂ ਆਪਾਂ ਕਾਫੀ ਟਾਈਮ ਬਾਅਦ ਦੇਖਿਆ ਸੋ ਉਹਨਾਂ ਦੇ ਬਾਰੇ ਉਹਨਾਂ ਨੂੰ ਕਿੰਨਾ ਕੁ ਇੰਜੋਏ ਕੀਤਾ ਬਹੁਤ ਵਧੀਆ ਜੀ ਦੋਨਾਂ ਦੀ ਜੋੜੀ ਬਹੁਤ ਵਧੀਆ ਟਿਊਨਿੰਗ ਬਹੁਤ ਵਧੀਆ ਰਹੀ ਉਹਨਾਂ ਦੀ ਐਂਡ ਤੱਕ ਉਹਨਾਂ ਨੇ ਜੋ ਵੀ ਕਰਿਆ ਬਹੁਤ ਵਧੀਆ ਫੈਂਟੈਸਟਿਕ ਪੂਰਾ ਇੰਜੋਏ ਬਹੁਤ ਵਧੀਆ ਮੂਵੀ ਸੀ ਬਹੁਤ ਇੰਜੋਏ ਕੀਤਾ ਜੀ ਥੈਂਕ ਯੂ ਕਿੱਦਾਂ ਲੱਗੀ ਬਹੁਤ ਵਧੀਆ ਮੂਵੀ ਸੀ ਪੂਰੇ ਇੰਡੀਆ ਨੂੰ ਮੂਵੀ ਦੇਖਣੀ ਚਾਹੀਦੀ ਹੈ ਪੁਖਰਾਜ ਦੀ ਐਕਟਿੰਗ ਬਹੁਤ ਵਧੀਆ ਜੀ ਜਸ ਭੱਲਾ ਜੀ ਦੀ ਐਕਟਿੰਗ ਵੀ ਬਹੁਤ ਵਧੀਆ ਜੀ ਸਾਰੀ ਮੂਵੀ ਬਿਲਕੁਲ ਇੰਜੋਏ ਕੀਤਾ ਜੀ ਗਾਣੇ ਕਿਵੇਂ ਸੀਗੇ ਜੀ ਫਿਲਮ ਦੇ ਗਾਣੇ ਗਾਣੇ ਵੀ ਬਹੁਤ ਵਧੀਆ ਸੀ ਮਿਊਜ਼ਿਕ ਬਹੁਤ ਅੱਛਾ ਸੀ ਕੀਪੀ ਕਰਵਾਲ ਦੀ ਆਵਾਜ਼ ਵੀ ਹੈ ਮਿਊਜ਼ਿਕ ਮੇ ਗਾਣੇ ਮੇ ਪਹਿਲੇ ਗਾਣੇ ਮੇ ਤੋ ਮੇਰੇ ਮਾਨਨਾ ਕਿ ਸਭ ਕੋ ਮੂਵੀ ਦੇਖਣੀ ਚਾਹੀਏ ਇੱਕ ਵਨ ਟਾਈਮ ਤੋਂ ਕ੍ਰਾਸ਼ ਭੱਲਾ ਜੀ ਨੇ ਬਹੁਤ ਅੱਛਾ ਐਕਟ ਕੀਤਾ ਜੀ ਮੇਨ ਲੀਡਸ ਵਰ ਵੈਰੀ ਨਾਈਸ ਫਰਸਟ ਟਾਈਮ ਬਟ ਵੈਰੀ ਨਾਈਸ ਐਂਡ ਕਨਸੈਪਟ ਬਹੁਤ ਅੱਛਾ ਸੀਗਾ ਮਤਲਬ ਜਾਤ ਪਾਤ ਰਿਮੂਵ ਕਰਨ ਦੀ ਕੋਸ਼ਿਸ਼ ਕਰ ਰਹੇ ਬਹੁਤ ਅੱਛੀ ਗੱਲ ਹੈ ਬਹੁਤ ਕਿੰਨਾ ਕੁ ਹੱਸੇ ਬਹੁਤ ਆਪ ਹੱਸੇ ਮੂਵੀ ਦੇਖ ਕੇ ਕਿੰਨਾ ਇੰਜੋਏ ਕੀਤਾ ਬਹੁਤ ਜ਼ਿਆਦਾ ਕਿੱਦਾਂ ਦੀ ਲੱਗੀ ਯਾ ਬੇਟਾ ਬਹੁਤ ਵਧੀਆ ਬਣੀ ਬਹੁਤ ਮਹਾਰਾਜ ਤਰੱਕੀਆਂ ਦੇਵੇ ਇਹਨਾਂ ਨੂੰ ਸੋਨੂੰ ਕਿੱਦਾਂ ਲੱਗੀ
God bless, बहुत अच्छी मूवी, wholesome entertainment. हाँ जी, तुहानू किद्दां लगी? It was good, really nice production, very nice. सब तो ज़्यादा वधिया की लगा मूवी? I would say the acting, the actors were really nice. Yeah, Pukhraj is a nice actor.